ਬਾਬੇ ਚੈੱਕ ਕਰੋ ਅੱਜ ਚੱਕ ਵੀ ਲਓ ਜੀ ਇੱਕ ਤੁਹਾਨੂੰ ਹੋਰ ਗੱਲ ਦੱਸਦੇ ਆ ਜਦੋਂ ਵੀ ਤੁਸੀਂ ਇੱਥੇ ਆ ਵਾਲੀ ਵਾਟਰਫਾਲ ਤੇ ਆਓਗੇ ਤੁਹਾਨੂੰ ਸ਼ਿਪਾਂ ਦਾ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਬਹੁਤ ਸਿਟੀਜ਼ਨ ਸ਼ਿਪਾਂ ਵੀ ਦੇਖਣ ਨੂੰ ਮਿਲਣਗੀਆਂ ਸੋ ਜੇ ਕਿਸੇ ਨੂੰ ਮਤਲਬ ਕਿ ਜਿਵੇਂ ਗ੍ਰੈਬ ਕਰ ਸਕਦੇ ਹੋ ਤਾਂ ਕਦੀ ਗ੍ਰੈਬ ਕਰ ਲਿਓ ਸੈਲਫ ਮੇਡ ਬੰਦਾ ਸੈਲਫ ਡਿਜ਼ਾਈਨ ਪੈਂਟ ਚਲੋ ਜੀ ਆ ਤੈਨੂੰ ਲੈ ਕੇ ਚੱਲੀਏ ਮਿੱਠਾ ਚੱਲ ਲੈ ਜਾ ਗਿਆ ਚੰਗਾ ਵੀ ਗੁਲਾਬ ਸਿੰਘ ਮਾਲਕ ਤਾਂ ਚੱਲੇ ਤੁਹਾਨੂੰ ਫਿਰ ਮਿਲਦੇ ਹੁਣ ਆ ਕੇ ਮਿਲਾਂਗੇ ਠੀਕ ਹੈ ਵੀ ਮਿਸ ਨਾ ਕਰੋ ਜ਼ਿਆਦਾ ਤੂੰ ਵੀ ਹੋਏ ਠੀਕ ਹੈ ਕੰਡੇ ਕੁੰਡੇ ਨਾ ਮਾਰੀਆਂ ਤੇ ਮਿਲਦੇ ਹਾਂ ਨਾ ਲਾ ਜੂਗਾ ਤੁਹਾਡੇ ਨਾਲ ਅਤੇ ਬਸ ਖਿੰਡੇ ਰਹੋ ਮੇਰੇ ਵਾਂਗੂ ਹੈ ਨਾ ਆਂਟੀ ਜੀ ਸਤਿ ਸ਼੍ਰੀ ਅਕਾਲ ਬੁਲਾ ਦਿਓ ਆਂਟੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਸਬਸਕ੍ਰਾਈਬਰਾਂ ਨੂੰ ਕਹਿ ਸਾਰਿਆਂ ਨੂੰ ਸਬਸਕ੍ਰਾਈਬਰਸ ਆਲ ਆਫ ਯੂ ਸਤਿ ਸ਼੍ਰੀ ਅਕਾਲ ਹਾਂਜੀ ਪਹਿਲਾਂ ਮੈਂ ਸਲਾਹ ਕੀਤੀ ਮੈਂ ਟੋਪੀ ਲੈਣ ਨੂੰ ਰਹਿਣ ਦਿੰਦੇ ਫਿਰ ਮੈਂ ਨਹੀਂ ਯਾਰ ਟੋਪੀ ਤਾਂ ਆਪਣਾ ਤੱਕਿਆ ਗਲਾ ਮੈਂ ਟੋਪੀ ਨੂੰ ਕਦੇ ਛੱਡ ਸਕਦੇ ਆਪਾਂ ਫਿਰ ਟੋਪੀ ਆਪਾਂ ਲਾ ਹੀ ਲਈ ਸੋ ਹੁਣ ਹਮ ਜਾ ਰਹੇ ਘੁੰਮਣੇ ਫਿਰਨੇ ਬੜਾ ਹੀ ਸੁੰਦਰ ਦਿਨ ਹੈ ਅੱਜ ਤੁਹਾਨੂੰ ਦੱਸਦਾ ਮੈਨੂੰ ਹੁਣ ਆਈ ਨਹੀਂ ਪਤਾ ਧੁੱਪ ਬਹੁਤ ਜ਼ਿਆਦਾ ਤੇ ਮੈਨੂੰ ਦੇਖਣੀ ਚਾਹੀਦੀ ਫੋਕਸ ਹੋਇਆ ਹੋਇਆ ਕਿ ਨਹੀਂ ਹੋਇਆ ਹੋਇਆ ਪਰ ਫਿਰ ਵੀ ਆਪਾਂ ਜਾ ਰਹੇ ਹਾਂ ਵਿਸਲਰ ਇੱਥੋਂ ਕਾਫੀ ਦੂਰ ਹੈਗਾ ਗੱਡੀ ਦੀ ਟਾਕੀਆਂ ਖੁੱਲ੍ਹ ਚੁੱਕੀਆਂ ਨੇ ਸੋ ਸੋਰੀ ਖੁਰਾਕ ਦਾ ਬਹੁਤ ਧਿਆਨ ਰੱਖਣਾ ਪੈਂਦਾ ਅੱਜ ਕੱਲ੍ਹ ਅੱਜ ਆਪਾਂ ਪੂਰੇ ਫਨੀ ਮੂਡ ਦੇ ਵਿੱਚ ਆ ਗਏ ਕਿਆ ਹਾਂਜੀ ਉਹ ਲੈ ਆ ਦੇਖੋ ਵਲੌਗ ਬਣਾਉਣ ਦੇ ਬਾਬੇ ਬਹੁਤ ਫਾਇਦੇ ਨੇ ਵਲੌਗ ਬਣਾਓ ਅੱਗੇ ਬੈਠੋ ਲਓ ਜੀ ਆਪਾਂ ਫੋਰਚੂਨਰ ਕਢਾ ਲਈ ਫੋਰਚੂਨਰ ਦੀ ਮਾਸੀ ਦੀ ਕੁੜੀ ਹੈ ਇਹ ਅਤੇ ਬਹੁਤ ਮੈਂ ਗਰੀ ਨੂੰ ਕਹਾਂ ਗੱਡੀ ਗਰੀ ਆਹੀ ਲੈਣੀ ਨਹੀਂ ਲੈਣੀ ਗੱਡੀ ਨਾ ਕਰਦਾ ਕੋਈ ਚੱਕਰ ਨਹੀਂ ਉਹਦੀ ਸਾਈ ਫੜਾਈ ਅਸੀਂ ਗੱਡੀ ਲਿਆਉਣ ਦੀ ਲੈ ਵੀ ਗਰੀ ਹਾਂਜੀ ਵੀਰ ਕਿੰਨੇ ਘੰਟੇ ਦੀ ਡਰਾਈਵ ਆ ਢਾਈ ਕੁ ਘੰਟੇ ਦੀ ਆ ਢਾਈ ਘੰਟੇ ਦੀ ਹੈਗੀ ਹਾਂਜੀ ਬਾਵਾ ਦੂਰ ਆ ਨਾ ਸ਼ਿਮਲਾ ਬਸ ਵੀਰੇ ਫਿਰ ਵੀ ਖਿੱਚ ਦੇਣੀ ਆਪਾਂ ਗੱਡੀ ਟੈਨਸ਼ਨ ਨਾ ਤੇ ਗੱਡੀਆਂ ਪਿੱਕ ਲਗਾ ਰਹੇ ਆ ਦੋ ਲਗਾ ਰਹੇ ਇੱਕ ਚਲੋ ਜੀ ਲੈ ਮਾਨ ਸਾਹਿਬ ਕਹਿੰਦੇ ਵੀ ਹਵਾਏ ਬਣਾ ਦੋ ਗੱਡੀ ਸਿਰੇ ਦਾ ਕੀ ਦਿਲਾਈਦਾ ਆਂਟੀ ਵੇਖੋ ਆਪਾਂ ਅਸਤ ਸਿਖਰਾਈਦਾ ਹਾਂਜੀ ਅਤੇ ਆਪਾਂ ਪਹਿਲਾ ਸਟੋਪ ਲਿੱਤਾ ਅਤੇ ਹੁਣ ਅਸੀਂ ਕੁਛ ਛਕਾਂਗੇ ਇੱਥੇ ਬਹਿ ਕੇ ਅਤੇ ਸਟ੍ਰੈਚਿੰਗ ਅੱਗੇ ਤਾਂ ਆਪਾਂ ਗੱਡੀ ਨਾ ਹੋਰ ਖੁੱਲ੍ਹੀ ਲੈ ਕੇ ਆਇਆ ਕਰਾਂਗੇ ਲਓ ਜੀ ਅਤੇ ਆਪਣਾ ਸਮੋਸਾ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਫਿਰ ਸਫ਼ਰ ਸ਼ੁਰੂ ਕਰ ਦਿਆਂਗੇ ਸੋ ਮਿਲਦੇ ਹਾਂ ਤੁਹਾਨੂੰ ਅਗਲੇ ਸਟੋਪ 'ਤੇ ਜਾ ਕੇ ਚਲੋ ਚਲੋ ਜੀ ਤੁਹਾਨੂੰ ਸਾਰਿਆਂ ਨੂੰ ਹੂਟੇ ਦਵਾਈ ਹੋ ਵੀ ਗਾਰੀ
ਤੇਰਾ ਕਿੰਨਾ ਕੁ ਡਰ ਲੱਗ ਰਿਹਾ ਤੈਨੂੰ ਮੈਂ ਵੀਰੇ ਪਹਿਲਾਂ ਕਰਿਆ ਹੋਇਆ ਮੈਨੂੰ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ ਸਗੋਂ ਮੈਨੂੰ ਬਹੁਤ ਡਰ ਲੱਗ ਰਿਹਾ ਯਾਰ ਮੈਨੂੰ ਇੱਕ ਤਾਂ ਹਾਈਟ ਤੋਂ ਬਹੁਤ ਡਰ ਲੱਗਦਾ ਹੈਗਾ ਅੱਛਾ ਹਾਂ ਤੇ ਦੇਖਣਾ ਪੈਣਾ ਹੁਣ ਕੀ ਹੋਊਗਾ ਜੇ ਤਾਂ ਪਾਣੀ ਤੋਂ ਵੀ ਡਰ ਲੱਗਦਾ ਪਾਣੀ ਤੋਂ ਵੀ ਡਰ ਲੱਗਦਾ ਮੈਨੂੰ ਫਿਰ ਤੂੰ ਰਹਿਣ ਦੇ ਯਾਰ ਹਾਂ ਤੇ ਹੁਣ ਆਪਾਂ ਦੇਖਦੇ ਹਾਂ ਵੀ ਕੀ ਬਣਦਾਗਾ ਆਪਣਾ ਕੀ ਪਤਾ ਨਹੀਂ ਕਿਹੜਾ ਗੰਡੋਲਾ ਕਹਿੰਦੇ ਇਹਨੂੰ ਪਤਾ ਨਹੀਂ ਕੀ ਕਹਿੰਦੇ ਹੈਗੇ ਸੁਣਿਆ ਹੀ ਆ ਮੈਂ ਇਹਦੇ ਬਾਰੇ ਫਸਟ ਟਾਈਮ ਆਇਆ ਮੈਂ ਜਗ੍ਹਾ ਦਾ ਨਾਮ ਹੈਗਾ ਸਕੈਮਿਸ਼ ਅਤੇ ਇਹਨਾਂ ਦਾ ਨਾਮ ਹੈਗਾ ਸੀ ਟੂ ਸਕਾਈ ਮਤਲਬ ਕਿ ਸੀ ਤੋਂ ਲੈ ਕੇ ਸਕਾਈ ਤੱਕ ਲੈ ਕੇ ਜਾਂਦੇ ਨੇ ਸੋ ਲੈਟਸ ਸੀ ਉੱਧਰ ਗੈਰੀ ਫੋਟੋਜ਼ ਖਿੱਚਦਾ ਹੋਇਆ ਦਿਸ ਟ੍ਰਿਪ ਇਜ਼ ਸਪੌਂਸਰਡ ਬਾਏ ਗੁਰਬਰ ਸ਼ੇਗਲ ਉਰਫ ਗੈਰੀ ਸੋ ਗੈਰੀ ਜਾਂਦਾ ਵੱਸਦਾ ਰਹਿ ਅਬ ਅਬੇ ਉਸੀ ਐਸੀ ਬੜਾ ਵਿਸਲਰ ਤੇ ਚੈੱਕ ਕਰੋ ਸੋ ਆਹ ਜੀ ਟੌਪ ਆਨੰਦਮਈ ਹੈ ਇੰਨੀ ਜ਼ਿਆਦਾ ਆਨੰਦਮਈ ਹੈ ਮਤਲਬ ਇੰਨਾ ਆਨੰਦ ਆ ਰਿਹਾ ਜੀ ਕਰਦਾ ਵੀ ਇੱਥੇ ਕੁਟੀਆ ਕਾਟੀਆਂ ਪਾ ਲਈਏ ਅਤੇ ਇੱਥੇ ਰਹਿਣ ਲੱਗ ਜਾਈਏ ਇੱਥੇ ਹੀ ਵੈਨਕੂਵਰ ਫਿਲਮ ਸਕੂਲ ਹੋਵੇ ਇੱਥੇ ਹੀ ਆਪਣਾ ਕੰਮ ਕਾਰ ਹੋਵੇ ਪੀਸਫੁਲ ਆਈ ਵੁੱਡ ਸੇ ਹੈਲੋ ਜੀ ਮੈਂ ਔਰ ਗੈਰੀ ਦੇਖ ਰਿਹਾ ਮੈਂ ਲਾਈਟ ਹੀ ਨਹੀਂ ਆ ਰਹੀ ਇੱਥੇ ਤਾਂ ਇੱਧਰਲੇ ਬਸ ਲਾਈਟ ਆ ਰਹੀ ਹੈ ਚਲੋ ਮੈਂ ਕਿੱਥੇ ਰੱਖਾਂ ਮੈਨੂੰ ਕੈਮਰਾ ਰੱਖਣ ਦੀ ਥਾਂ ਨਹੀਂ ਮਿਲ ਰਹੀ ਆ ਦੇ ਆਈ ਤਾਂ ਰੱਖ ਲਈ ਸੋ ਬਾਬਿਓ ਆਪਾਂ ਇੰਨੀ ਦੂਰ ਆਏ ਹਾਂ ਨਾ ਅਤੇ ਚਲੋ ਥੋੜ੍ਹੀਆਂ ਥੋੜ੍ਹੀਆਂ ਬਹੁਤ ਗੱਲਾਂ ਬਾਤਾਂ ਤਾਂ ਕਰ ਲਈ ਅਤੇ ਗੱਲਾਂ ਬਾਤਾਂ ਆਪਾਂ ਐਂ ਕਰਾਂਗੇ ਵੀ ਦੇਖੋ ਜੀ ਸ਼ਨੀਵਾਰ ਦਾ ਦਿਨ ਅੱਜ ਅਸੀਂ ਇੱਥੇ ਆ ਗਏ ਹੈ ਨਾ ਪਰ ਮੇਰੀਆਂ ਹਜੇ ਦੋ ਅਸਾਈਨਮੈਂਟਾਂ ਕਰਨੀਆਂ ਪਈਆਂ ਜਿਹੜੀਆਂ ਕਿ ਟਿਊਜ਼ਡੇ ਨੂੰ ਡਿਊ ਨੇਗੀਆਂ ਅਤੇ ਮੈਂ ਉਹ ਦੋ ਅਸਾਈਨਮੈਂਟਾਂ ਕੱਲ੍ਹ ਨੂੰ ਕਰਨੀਆਂ ਨੇ ਕੱਲ੍ਹ ਨੂੰ ਆਪਾਂ ਨੂੰ ਘਰੇ ਰਹਿਣਾ ਪੈਣਾ ਸਾਰਾ ਦਿਨ ਅਤੇ ਘਰੇ ਰਹਿ ਕੇ ਦੋਨੇ ਅਸਾਈਨਮੈਂਟਾਂ ਕਰਾਂਗੇ ਅਤੇ ਅੱਜ ਜਿੰਮ ਤੋਂ ਛੁੱਟੀ ਸੀਗੀ ਸੈਟਰਡੇ ਸੰਡੇ ਆਪਾਂ ਮਤਲਬ 5 ਦਿਨਾਂ 'ਚ ਸਾਰਾ ਵਰਕਆਊਟ ਕਰ ਲਈਦਾ ਸੈਟਰਡੇ ਸੰਡੇ ਆਪਾਂ ਆਫ ਰੱਖਿਆ ਹੋਇਆ ਆਪਣੇ ਲਈ ਅਤੇ ਤੁਹਾਡੇ ਲਈ ਤਾਂ ਕਿ ਆਪਾਂ ਸੈਟਰਡੇ ਸੰਡੇ ਨੂੰ ਕੋਸ਼ਿਸ਼ ਕਰੀਏ ਕਿ ਵਲੋਗ ਬਣਾਈਏ ਹੀ ਬਣਾਈਏ ਠੀਕ ਹੈ ਨਾ ਅਤੇ ਬਾਕੀ ਜਗ੍ਹਾ ਬਹੁਤ ਸੋਹਣੀ ਹੈਗੀ ਬਹੁਤ ਸੁੰਦਰ ਜਗ੍ਹਾ ਕੀ ਬਹੁਤ ਸ਼ਾਂਤੀ ਵਾਲੀ ਜਗ੍ਹਾ ਹੈਗੀ ਮਤਲਬ ਕਿ ਐਂ ਜੀ ਕਰ ਰਿਹਾ ਵੀ ਜਦੋਂ ਰੋਜ਼ ਸਵੇਰੇ ਉੱਠਿਆ ਕਰੀਏ ਤਾਂ ਇੱਥੇ ਉੱਠਿਆ ਕਰੀਏ ਅਤੇ ਸੌਣ ਲੱਗੇ ਬਸ ਮਤਲਬ ਕਿ ਰੋਜ਼ ਸਵੇਰੇ ਉੱਠਿਆ ਕਰੀਏ ਤਾਂ ਇੱਥੇ ਉੱਠਿਆ ਕਰੀਏ ਜਾ ਰਹੀ ਆ ਬਸ ਉਵੇਂ ਬਸ ਇੱਥੋਂ ਆਪਣੇ ਸਰੀਰ ਤੋਂ ਦੋ ਤਿੰਨ ਘੰਟਾ ਰਾਹ ਗਾ ਅਤੇ ਬਸ ਸ਼ਿਮਲਾ ਹੀ ਇੱਕ ਤਰ੍ਹਾਂ ਦਾ ਕੈਨੇਡਾ ਦਾ ਹੈ ਅਤੇ ਬਹੁਤ ਵਧੀਆ ਗਾ ਜਦੋਂ ਵੀ ਜਿਹਦਾ ਵੀ ਵੀਜ਼ਾ ਲੱਗਿਆ ਜਦੋਂ ਵੀ ਉਹ ਬ੍ਰਿਟਿਸ਼ ਕੋਲੰਬੀਆ 'ਚ ਆਏ ਜਾਂ ਸਰੀ 'ਚ ਆਏ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰਿਓ
ਤੇ ਜਦੋਂ ਆਇਆ ਉਦੋਂ ਉਦੋਂ ਵਿਜ਼ਿਟ ਕਰ ਲਿਓ ਕਿਉਂਕਿ ਜੀ ਆਈ ਸੀ ਉਦੋਂ ਹੁੰਦੀ ਹੈਗੀ ਉਹਦੇ 'ਚ ਤਾਂ ਫਿਰ ਨਿਬੜਨ ਲੱਗ ਜਾਂਦੀ ਹੈਗੀ ਠੀਕ ਹੈ ਨਾ ਜਦੋਂ ਸਾਨੂੰ 2000 ਨਹੀਂ ਮਿਲੂਗਾ ਹੁਣ ਸਰ ਜੀ ਆਈ ਸੀ ਦਾ ਉਦੋਂ ਚੜਿਆ ਵਾ ਹਾਂਜੀ ਗੇਰੀ ਤੂੰ ਕਹਿਣਾ ਚਾਹੇਗਾ ਕੁਛ ਆ ਜਗ੍ਹਾ ਬਾਰੇ ਯਾਰ ਜਿਵੇਂ ਤੈਨੂੰ ਕੀ ਲੱਗਿਆ ਜਗ੍ਹਾ ਦੇਖ ਕੇ ਬੋਲੀ ਕਿੰਨੀ ਸੋਹਣੀ ਕੌਣ ਆਂਟੀ ਸਟੂਡੈਂਟਾਂ ਵਾਸਤੇ ਇਕੱਠੇ ਕਰ ਰਿਹਾ ਹੁੰਦੀ ਹੈ ਨਹੀਂ ਇੰਨੀ ਬੜੀ ਹੈ ਇਹ ਨਾ ਆਂਟੀ ਸਟੂਡੈਂਟ ਨੂੰ ਦਿਖਾਇਓ ਨਾ ਦਿਓ ਉਹਨਾਂ ਨੂੰ ਹੈ ਗਰੀ ਮੈਂ ਤਾਂ ਇਹ ਵਾਲੀ ਗੱਲ ਕਹੀ ਆ ਜਗ੍ਹਾ ਨੂੰ ਦੇਖ ਕੇ ਮੈਂ ਮੇਰਾ ਜੀ ਕਰਦਾ ਵੀ ਮੈਂ ਜਦੋਂ ਸਵੇਰ ਉੱਠਿਆ ਕਰਾਂ ਮੈਂ ਵਾਲੀ ਥਾਂ ਉੱਠਿਆ ਕਰਾਂ ਮੇਰੀ ਇਹ ਹੈ ਯਾਰ ਤਮੰਨਾ ਵੀ ਇੱਕ ਕੋਠਾ ਛੱਤ ਨੂੰ ਥਾਂ ਦੇ ਦੇਣਾ ਇੱਥੇ ਬਸ ਸਾਰੀ ਉਮਰ ਇੱਥੇ ਹੀ ਗੁਜ਼ਾਰਦੇ ਕਰਦੇ ਗੱਲ ਇੱਥੇ ਮਿਊਂਸੀਪਲ ਕਮੇਟੀ ਆ ਕਿ ਸਰਪੰਚ ਹੀ ਆ ਮੈਂ ਇੱਕ ਚੀਜ਼ ਯਾਦ ਆ ਗਈ ਮੈਨੂੰ ਦਰਖਤਾਂ ਨੂੰ ਦੇਖ ਕੇ ਤੁਹਾਡਾ ਸਾਂਝੀ ਕਰ ਲਾਂ ਮੈਂ ਮੈਂ ਹੋਵਾਂ ਤੂੰ ਹੋਵੇਂ ਕੋਈ ਅਰਮਾਨ ਹੋਵੇ ਸੰਘਣੇ ਰੁੱਖਾਂ 'ਚ ਹੋਵੇ ਛੋਟਾ ਜਿਹਾ ਮਕਾਨ ਹੋਵੇ ਤੈਨੂੰ ਵਧਾਈਆਂ ਕਾਹਦੀਆਂ ਵਾਲਾਂ ਦੀ ਨਾ ਨਾ ਕਹਿ ਤਾਂ ਸੀ ਪੁੱਛਦਾ ਹੀ ਕਾਹਦੀਆਂ ਤੈਨੂੰ ਲਰਨਿੰਗ ਦਾ ਲਾਇਸੈਂਸ ਮਿਲ ਗਿਆ ਕੋਈ ਨਾ ਕਹਿ ਫਿਕਰ ਨਾ ਕਰ ਮੈਂ ਵੀ ਦੇ ਦੇਣਾ ਵੀਕ ਦੇ ਵਿੱਚ ਟੈਸਟ ਸ਼ਰਤ ਲੱਗੀ ਸੀ ਮੇਰੀ ਲਓ ਜੀ ਹੁਣ ਆਪਾਂ ਇੱਥੋਂ ਕਰ ਰਹੇ ਹਾਂ ਵਾਪਸੀ ਅਤੇ ਹੁਣ ਆਪਾਂ ਚੱਲ ਦਿਆਂਗੇ ਮੇਨ ਆਪਣੇ ਮੇਨ ਕੀ ਕਹਿੰਦੇ ਨੇ ਉਹਨੂੰ ਕੀ ਕਹਿੰਦੇ ਨੇ ਮੇਨ ਉਹਨੂੰ ਆਪਾਂ ਪਹੁੰਚ ਗਏ ਧਰਤੀ 'ਤੇ ਇਹ ਸੀਗਾ ਸਕੈਮਿਸ਼ ਇੱਕ ਤਰ੍ਹਾਂ ਦਾ ਉਹਨੂੰ ਛੋਟਾ ਸ਼ਿਮਲਾ ਵੀ ਕਹਿ ਸਕਦੇ ਹਾਂ ਕਸੌਲੀ ਵੀ ਕਹਿ ਸਕਦੇ ਹਾਂ ਅਤੇ ਹੁਣ ਆਪਾਂ ਜਾਵਾਂਗੇ ਮਾਲ ਰੋਡ ਜਿਹਦਾ ਨਾਮ ਹੈਗਾ ਵਿਸਲਰ ਮਤਲਬ ਮੇਨ ਸ਼ਿਮਲਾ ਜਿਹੜਾ ਇੱਥੋਂ ਦਾ ਕੈਨੇਡਾ ਦਾ ਲੈਟਸ ਸੀ ਬਣੇ ਰਹੋ ਜੁੜੇ ਰਹੋ ਓਏ ਯੇ ਬਾਤ ਕੱਲ੍ਹ ਇੰਨੀ ਕੁ ਵੀ ਇੱਕ ਮਿੰਟ ਚਾਬੀ ਲਾ ਕੇ ਨਾ ਆਪਾਂ ਹਵਾ ਲਈ ਥੋੜ੍ਹੀ ਬਹੁਤ ਸੋ ਹੁਣ ਮੁਕਦੀ ਗੱਲ ਇਹ ਆ ਵੀ ਹੁਣ ਅਸੀਂ ਜਾਵਾਂਗੇ ਅੱਗੇ ਅੱਗੇ ਮੈਨੂੰ ਲੱਗਦਾ ਘੰਟੇ ਕੁ ਤਰ੍ਹਾਂ ਹੋਰ ਹੋਣਾ 45 ਮਿੰਟ ਘੰਟੇ ਤਰ੍ਹਾਂ ਸੋ ਫਿਰ ਅੱਗੇ ਚੱਲ ਕੇ ਤੁਹਾਨੂੰ ਹੋਰ ਦਿਖਾਉਂਦੇ ਹਾਂ ਬੈਟਰੀਆਂ ਕੈਮਰੇ ਦੀ ਵੀ ਲੋਹੀ ਆ ਫੋਨ ਦੀ ਵੀ ਲੋਹੀ ਆ ਕੈਮਰੇ ਦੀ ਆਪਾਂ ਚਾਰਜ ਕਰ ਨਹੀਂ ਸਕਦੇ ਹੈਗੇ ਅਤੇ ਫੋਨ ਦੀ ਮੈਂ ਗੱਡੀ 'ਚ ਕੋਸ਼ਿਸ਼ ਕਰੂੰਗਾ ਚਾਰਜ ਕਰਨ ਦੀ ਪਰ ਤੁਹਾਨੂੰ ਪਤਾ ਹੀ ਹੁੰਦਾ ਗੱਡੀਆਂ ਗੁੱਡੀਆਂ ਵਾਲੇ ਕਿਹੜੇ ਚਾਰਜ ਕਰਨਾ ਹੁੰਦਾ ਇਹਨਾਂ ਫੋਨ ਠੀਕ ਆ ਅਤੇ ਬਾਕੀ ਬਣੇ ਰਹੋ ਬਸ ਬਾਬਿਓ ਹੋਰ ਤੁਹਾਡੇ ਨਾਲ ਕੀ ਗੱਲ ਕਰਨੀ ਸੀਗੀ ਬਾਈ ਹਾਂ ਸੱਚ ਯਾਰ ਇੱਕ ਦੋ ਵੀਰਾਂ ਨੇ ਕਮੈਂਟ ਕੀਤਾ ਵੀ ਬਾਈ ਸਾਡਾ ਨਾਮ ਲੈ ਦੀਆਂ ਤੁਹਾਡੇ ਬਹੁਤ ਟਾਈਮ ਤੋਂ ਵਲੌਗ ਦੇਖਦੇ ਹਾਂ ਵੀਰੇ ਤੁਹਾਡੇ ਦੋਨਾਂ ਦੇ ਨਾਮ ਹੋਣੇ ਯਾਰ ਮੈਨੂੰ ਯਾਦ ਨਹੀਂ ਹੈਗੇ ਵੀ ਕੀ ਨਾਮ ਸੀਗੇ ਪਰ ਮੈਂ ਦੇਖੋ ਮੈਂ ਉੱਦਾਂ ਯਾਦ ਕਰਵਾ ਤਾ ਤੁਹਾਨੂੰ ਵੀ ਮੈਨੂੰ ਯਾਦ ਹੈ ਵੀ ਤੁਹਾਡੇ ਨਾਮ ਲੈਣੇ ਸੀ ਬਟ ਮੈਂ ਭੁੱਲ ਗਿਆ ਵੀ ਕੀ ਨਾਮ ਸੀਗੇ ਗੈਰੀ ਸ਼ੇਰ ਕਿੱਧਰ ਨੂੰ ਆ ਉੱਧਰ ਤੁਰ ਕੇ ਜਾਣਾ 15 ਮਿੰਟ ਦੀ ਡਰਾਈਵ ਹੈ 15 ਮਿੰਟ ਦੀ ਵਾਕ ਹੈਗੀ ਤੂੰ ਦੇਖ ਹੀ ਆ ਯਾਰ ਆਇਆ ਮੈਂ ਫੋਨ ਚਾਰਜ ਕਰ ਲੈਣਾ ਨਾ ਟਾਈਮ ਉਹ ਆ ਜਾ ਯਾਰ ਮੈਂ ਕਰਾ ਦੀਆਂ ਜਣਾ ਕੈਮਰਾ ਫੜਾ ਦਾ ਆਪਾਂ ਕੈਮਰਾ ਨੂੰ ਰੱਖ ਹੀ ਦੇਣਾ ਬੈਟਰੀ ਲੋਈ ਆ ਕਿਆ ਬਾਤ ਹੈ ਕਿਆ ਗਾਣਾ ਚੱਲ ਪਿਆ ਸੋ ਚੰਗਾ ਜੀ ਪਾਣੀ ਦਾ ਖੜਕਾ ਸੁਣ ਕੇ ਨਾ ਮੈਨੂੰ ਇੱਕ ਆਮਦ ਹੋਈ ਆ ਇਹ ਪਾਣੀ ਦਾ ਖੜਾਕ ਦੱਸਦਾ ਏ ਤੂੰ ਮੈਨੂੰ ਪਿਆਰ ਕਰਦੀ ਹੈ ਇਹ ਪਾਣੀ ਦਾ ਖੜਾਕ ਦੱਸਦਾ ਏ ਤੂੰ ਮੈਨੂੰ ਪਿਆਰ ਕਰਦੀ ਹੈ ਕਦੋਂ ਮਿਲਣਾ ਹੈ ਮੈਂ ਹਰਪਿੰਦਰ ਨੂੰ ਇਹ ਫਰਿਆਦ ਕਰਦੀ ਹਾਂ ਚੇਤਾ ਮੈਨੂੰ ਵੀ ਤੇਰਾ ਆਉਂਦਾ ਰਹਿੰਦਾ ਹਾਣਦੀ ਏ ਅਤੇ ਯਾਦ ਤੂੰ ਵੀ ਸੌਣ ਤੋਂ ਪਹਿਲਾਂ ਅਤੇ ਉੱਠਣ ਦੇ ਬਾਅਦ ਕਰਦੀ ਵਾਹ 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 ਕਿਆ ਬਾਤ ਇੰਨੀ ਆਮਦ ਹੁੰਦੀ ਹੈ ਨਾ ਮੈਨੂੰ ਜਦੋਂ ਇਹੋ ਜਿਹੀਆਂ ਥਾਵਾਂ 'ਤੇ ਮੈਂ ਆ ਜਾਂਦਾ ਹੁੰਦਾ ਬਸ ਮੇਰਾ ਅੰਦਰਲਾ ਮਿਰਜ਼ਾ ਗਾਲਿਬ ਜਾ ਗਿਆ Thank you.
ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਤੁਹਾਡੀ ਜਾਣਕਾਰੀ ਦੇ ਲਈ ਤੁਸੀਂ ਬਹੁਤ ਦਿਨ ਵੀ ਜਾਣਕਾਰੀ ਦਿਆ ਕਰੋ ਕੈਨੇਡਾ ਬਾਰੇ ਸੋ ਤੁਸੀਂ ਇੱਥੇ ਆਓਗੇ ਕਈ ਸ਼ਿਪਾਂ ਇੱਥੇ ਉੱਦਾਂ ਕੱਚੀਆਂ ਸ਼ਿਪਾਂ ਵੀ ਹੁੰਦੀਆਂ ਨੇ ਪਰ ਉਹ ਤਿਆਰ ਵਿਆਰ ਬਹੁਤ ਹੋਈ ਹੁੰਦੀਆਂ ਅਤੇ ਤੁਹਾਨੂੰ ਭੁਲੇਖਾ ਹੀ ਪੈ ਸਕਦਾ ਵੀ ਇਹ ਕਿਤੇ ਸਿਟੀਜ਼ਨ ਸ਼ਿਪਾਂ ਨਹੀਂ ਆ ਸੋ ਉਹ ਥੋੜ੍ਹਾ ਜਿਹਾ ਧਿਆਨ ਨਾਲ ਨਾ ਦੇਖ ਕੇ ਫਿਰ ਗ੍ਰੈਬ ਕਰਨ ਦੀ ਕੋਸ਼ਿਸ਼ ਕਰਿਓ ਕਈ ਵਾਰ ਐਵੇਂ ਕੋਈ ਕੱਚੀ ਸ਼ਿਪ ਫੜ ਲਈ ਫਿਰ ਐਵੇਂ ਔਖਾ ਹੋਊਗਾ ਕੋਈ ਨਾ ਦੇਖੋ ਆਪਣੇ ਪੱਕੇ ਵੱਡੇ ਪੱਧਰ 'ਤੇ ਬਣ ਰਹੀ ਹੈ ਵੀਡੀਓ ਜੀ ਸਾਰੀ ਉਮਰ ਵਾਸਤੇ ਯਾਰ ਆਪਾਂ ਰੱਖ ਲੈਣੀ ਸਾਂਭ ਕੇ ਯੂਟਿਊਬ 'ਤੇ ਆਉਣ ਵਾਲੀਆਂ ਪੀੜ੍ਹੀਆਂ ਮੇਰੇ ਪੋਤੇ ਪੜੋਤੇ ਦੇਖਿਆ ਕਰਦੇ ਇਹ ਮੈਨੂੰ ਸੱਚੀ ਹੈ ਕਹਿੰਦਾ ਹੁੰਦਾ ਜਿਹੜੇ ਮੈਂ ਵਲੌਗ ਬਣਾਉਣਾ ਕਹਿੰਦਾ ਇਹ ਮੇਰੀ ਸਾਰੀ ਉਮਰ ਦੀ ਇੱਕ ਹੋ ਆ ਲੈਗਸੀ ਆ ਸੱਚੀ ਗੱਲ ਕਿੰਨਾ ਕਿ ਰਹਿ ਗਿਆ ਗੈਰੀ ਜਿੰਨਾ ਆਇਆ ਉਹਨਾਂ ਉੱਤੇ ਪਿਆ ਜੋ ਅੱਕਾ ਵਾਂਗੂ